साहब पहले मुख्यमंत्री होंगे पंजाब दे जिन्हां नूं लोक ऐ कलर तो फड़ के वे फोटो करायो जी हां इधर आ साडा काम करायो जी लोकां नूं पहली बार आया होया भी असीं आप जित्ते हां ऐतकी किसे पार्टी दी जित्त नहीं हुई पंजाब दी जित्त हुई यार लोकां दी जित्त ਹੁਣ ਕੀ ਫੀਲ ਹੁੰਦਾ ਬਾਈ ਜੀ ਇੱਕ ਮੈਂ ਆਪ ਖੁਦ ਸਮਝਣਾ ਚਾਹੁੰਦਾ ਕਿ ਮੇਰਾ ਜਦੋਂ ਜੁੰਡੀ ਦਾ ਯਾਰ ਕੋਈ ਮੁੱਖ ਮੰਤਰੀ ਬਣੇ ਤਾਂ ਮੈਨੂੰ ਬਹੁਤ ਖੁਸ਼ੀ ਹੋਊਗੀ ਕਿਵੇਂ ਫੀਲ ਕਰ ਮਤਲਬ ਪੂਰੀ ਖੁਸ਼ੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਇੱਕ ਆਮ ਘਰ ਦਾ ਮੁੰਡਾ ਜਿਹਨੇ ਵੱਡੇ ਵੱਡੇ ਥੰਮ ਹਿਲਾ ਕੇ ਰੱਖਦੇ ਕਦੇ ਸੋਚਿਆ ਨਹੀਂ ਹੋਣਾ ਕਿਸੇ ਨੇ ਵੀ ਐਡੇ ਐਡੇ ਥੰਮ ਖਤਮ ਹੋ ਜਾਣਗੇ ਕੱਲ੍ਹ ਲੱਖਾਂ ਲੋਕ ਉਹਨਾਂ ਨੂੰ ਦੇਖਣ ਦੇ ਲਈ ਜਾ ਰਹੇ ਉਹਨਾਂ ਦੇ ਬਰਾਬਰ ਸਹੁੰ ਚੁੱਕਣ ਜਾ ਰਹੇ ਨੇ ਪਹੁੰਚ ਰਹੇ ਹੋ ਤੁਸੀਂ ਖਟਖੜ ਕਰ ਬਲਵੰਤ ਮਾਨ ਹੋਰਾਂ ਦੇ ਨਾਲ ਬਿਲਕੁਲ ਜੀ ਪੂਰੇ ਜਾਹੋ ਜਲਾਲ ਦੇ ਨਾਲ ਪਹੁੰਚਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਤਾਂ ਅਨਮਿਊਟ ਦੇਖ ਰਹੇ ਹੋ ਅਤੇ ਮੈਂ ਆ ਰਵੀ ਸੰਗਰਾਹੂਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਔਰ ਮੁੱਖ ਮੰਤਰੀ ਬਣ ਗਏ ਨੇ ਭਗਵੰਤ ਮਾਨ ਪ੍ਰਸਿੱਧ ਕਮੇਡੀਅਨ ਸੀ ਆਪਣੇ ਸਮੇਂ ਦੇ ਵਿੱਚ ਅਤੇ ਹੁਣ ਲੋਕਾਂ ਦੇ ਵਿੱਚ ਉਨੀ ਮਕਬੂਲੀਅਤ ਹੈ ਜਿੰਨੀ ਇੱਕ ਕਮੇਡੀਅਨ ਦੇ ਤੌਰ 'ਤੇ ਸੀ ਉਹਨਾਂ ਦੇ ਦੋਸਤ ਵੀ ਬਾਗੋ ਬਾਗ ਨੇ ਜਿਹੜੇ ਉਹਨਾਂ ਦੇ ਨਾਲ ਐਕਟ ਕਰਦੇ ਰਹੇ ਨੇ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਸਟਰਗਲ ਦਾ ਦੌਰ ਸੀ ਭਗਵੰਤ ਮਾਨ ਦਾ ਉਦੋਂ ਬਹੁਤ ਸਾਰੇ ਐਕਟ ਜਿਹੜੇ ਨੇ ਉਹ ਹੁਣ ਵੀ ਤੁਸੀਂ ਵਾਇਰਲ ਹੁੰਦੇ ਦੇਖ ਰਹੇ ਹੋ ਜਿਸ ਦੇ ਵਿੱਚ ਕਰਮਜੀਤ ਅਨਮੋਲ ਜਿਹੜੇ ਨੇ ਉਹ ਜੱਜ ਬਣੇ ਨੇ ਦੂਜੇ ਪਾਸੇ ਬੀਨੂ ਢਿੱਲੋਂ ਔਰ ਭਗਵੰਤ ਮਾਨ ਨੇ ਉੱਧਰ ਜੱਗੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਅੱਜ ਸਿਰਫ ਮੈਨੂੰ ਲੋਕ ਸੁਣ ਰਹੇ ਆ ਉਹ ਕਹਿੰਦੇ ਭਾਸ਼ਣ ਦਿਓ ਭਾਸ਼ਣ ਨਾ ਦਿਓ ਆਪਣੀ ਗੱਲ ਕਹੋ ਕਹਿੰਦੇ ਸਾਨੂੰ ਤਾਂ ਮਸਾਂ ਮੌਕਾ ਮਿਲਿਆ ਸੀ ਤਾਂ ਹੀ ਕਰਾਂਗੇ ਕਰਮਜੀਤ ਅਨਮੋਲ ਉੱਥੇ ਵੀ ਸੀਗੇ ਔਰ ਕਈ ਸਾਰੇ ਐਕਟ ਜਿਹੜੇ ਨੇ ਉਹ ਉਹਨਾਂ ਦੇ ਇਕੱਠਿਆਂ ਸਾਂਝੇ ਸੀਗੇ ਕਰਮਜੀਤ ਅਨਮੋਲ ਜੀ ਮੇਰੇ ਨਾਲ ਨੇ ਉਹਨਾਂ 'ਤੇ ਵੀ ਚਰਚਾ ਕਰਾਂਗੇ ਨਾਲ ਕਰਮਜੀਤ ਅਨਮੋਲ ਬਾਈ ਹੋਰਾਂ ਦੇ ਨਾਲ ਜੁੜੀਆਂ ਕੱਲ੍ਹ ਤੋਂ ਖਬਰਾਂ ਕਾਫੀ ਨਸ਼ਰ ਹੋ ਰਹੀਆਂ ਉਹਨਾਂ ਬਾਰੇ ਵੀ ਚਰਚਾ ਕਰਾਂਗੇ ਬਾਈ ਜੀ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਮੈਂ ਭਵਿੱਖ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨਾਲ ਗੱਲ ਕਰ ਰਿਹਾ ਨਹੀਂ ਜੀ ਨਹੀਂ ਇਹ ਬਿਲਕੁਲ ਮੇਰਾ ਕੋਈ ਇੰਟਰਸਟ ਨਹੀਂ ਇਹਦੇ 'ਚ ਸਿਆਸਤ ਦੇ ਵਿੱਚ ਮੈਂ ਸਿਰਫ ਭਗਵੰਤ ਮਾਨ ਨੂੰ ਮਤਲਬ ਜਿਤਾਉਣ ਗਿਆ ਸੀ ਉੱਥੇ ਤੇ ਉਹਨਾਂ ਹਮੇਸ਼ਾ ਰਹੂੰਗਾ ਉਹਨਾਂ ਨਾਲ ਪਰ ਮੇਰਾ ਸਿਆਸਤ ਦੇ ਵਿੱਚ ਆਉਣ ਦਾ ਕੋਈ ਅਸੀਂ ਕੱਲ੍ਹ ਦੇ ਤੁਹਾਨੂੰ ਭਾਲਦੇ ਫਿਰਦੇ ਹਾਂ ਜਦੋਂ ਤੋਂ ਚੈਨਲਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਬੜੇ ਸੂਤਰਾਂ ਤੋਂ ਪਤਾ ਲੱਗਾ ਕਿ ਮੈਂਬਰ ਪਾਰਲੀਮੈਂਟ ਕਰਮਜੀਤ ਅਨਮੋਲ ਚੋਣ ਲੜ ਸਕਦੇ ਨਹੀਂ ਨਹੀਂ ਅਜੇ ਮੇਰਾ ਕੋਈ ਇਰਾਦਾ ਨਹੀਂ ਜੀ ਚੋਣ ਲੜਨ ਦਾ ਸਿਆਸਤ ਚੋਣ ਦਾ ਵੀ ਕੋਈ ਇਰਾਦਾ ਨਹੀਂ ਨਹੀਂ ਜੀ ਨਹੀਂ ਨਹੀਂ ਇੱਧਰ ਹੀ ਠੀਕ ਹੈ ਬਾਕੀ ਮਾਨ ਸਾਹਿਬ ਨਾਲ ਕੰਮ ਕਰਦੇ ਰਵਾਂਗੇ ਜਦੋਂ ਤੱਕ ਮਤਲਬ ਉਹ ਕਹਿਣਗੇ ਜਾਂ ਬਿਨਾਂ ਕਹਿਣ 'ਤੇ ਵੀ ਉਹਨਾਂ ਨਾਲ ਖੜੇ ਹਾਂ ਜੀ ਬਾਈ ਜੀ ਤੁਹਾਡੀਆਂ ਵੀਡੀਓ ਤੁਸੀਂ ਦੇਖੀਆਂ ਹੋਣੀਆਂ ਤੁਸੀਂ ਵੀ ਹੁਣ ਤਾਂ ਬਹੁਤ ਜ਼ਿਆਦਾ ਵਾਇਰਲ ਹੋ ਗਈਆਂ ਤੁਸੀਂ ਸ਼ਾਇਦ ਭੁੱਲ ਗਏ ਹੋਵੋਗੇ ਉਹਨਾਂ ਚੀਜ਼ਾਂ ਨੂੰ ਬਿਲਕੁਲ ਲੋਕਾਂ ਨੇ ਹੁਣ ਲੋਕਾਂ ਨੇ ਯਾਦ ਕਰਾਤੀਆਂ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਭਾਈ ਮਸਾਂ ਮੌਕਾ ਮਿਲਿਆ ਅਸੀਂ ਤਾਂ ਐਂ ਹੀ ਕਰਾਂਗੇ ਮਤਲਬ ਹੁਣ ਕੀ ਫੀਲ ਹੁੰਦਾ ਬਾਈ ਜੀ ਇੱਕ ਮੈਂ ਆਪ ਖੁਦ ਸਮਝਣਾ ਚਾਹੁੰਦਾ ਕਿ ਮੇਰਾ ਜਦੋਂ ਜੁੰਡੀ ਦਾ ਯਾਰ ਕੋਈ ਮੁੱਖ ਮੰਤਰੀ ਬਣੇ ਤਾਂ ਮੈਨੂੰ ਬਹੁਤ ਖੁਸ਼ੀ ਹੋਊਗੀ ਕਿਵੇਂ ਫੀਲ ਕਰ ਮਤਲਬ ਪੂਰੀ ਖੁਸ਼ੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਇੱਕ ਆਮ ਘਰ ਦਾ ਮੁੰਡਾ ਜਿਹਨੇ ਵੱਡੇ ਵੱਡੇ ਥੰਮ ਹਿਲਾ ਕੇ ਰੱਖਦੇ ਕਦੇ ਸੋਚਿਆ ਨਹੀਂ ਹੋਣਾ ਕਿਸੇ ਨੇ ਵੀ ਐਡੇ ਐਡੇ ਥੰਮ ਖਤਮ ਹੋ ਜਾਣਗੇ ਪੰਜਾਬ ਦੀ ਰਾਜਨੀਤੀ 'ਚੋਂ ਪਰਿਵਾਰਵਾਦ ਖਤਮ ਕੀਤਾ ਔਰ ਇਹ ਬਹੁਤ ਵੱਡਾ ਰੈਵੋਲੂਸ਼ਨ ਹੈ ਔਰ ਕ੍ਰਾਂਤੀ ਹੈ ਇਹ ਬਹੁਤ ਵੱਡੀ ਇਹ ਕ੍ਰਾਂਤੀ ਪੰਜਾਬ ਦੇ ਵਿੱਚ ਭਗਵੰਤ ਮਾਨ ਹੀ ਲੈ ਕੇ ਆਏ ਨੇ ਦਿੱਲੀ ਤੋਟੀ ਸੀ ਕੇਜਰੀਵਾਲ ਨਾਂ ਦੀ ਕ੍ਰਾਂਤੀ ਉਹ ਇੱਥੇ ਲੈ ਕੇ ਇੱਥੋਂ ਭਗਵੰਤ ਨੇ ਸਾਂਭੀ ਅਤੇ ਇਹ ਰਲੇ ਰੇਸ ਵਾਂਗੂ ਪੂਰੀ ਹਿੰਦੁਸਤਾਨ ਦੇ ਵਿੱਚ ਫੈਲ ਜਾਣੀ ਹੈ ਕ੍ਰਾਂਤੀ ਇਹ ਤੁਹਾਡੀ ਇੰਡਸਟਰੀ ਵਾਸਤੇ ਕਿੰਨਾ ਕੁ ਬੈਨੀਫਿਸ਼ਰੀ ਆ ਦੇਖੋ ਜੀ ਜਿਹੜਾ ਸਾਡਾ ਕੰਮ ਦਿੱਕਤਾਂ ਨਾਲ ਦੱਸ ਦਿਓ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਸੀ ਔਰ ਹੁਣ ਜਿਹੜੀਆਂ ਲੱਗਦਾ ਸੀ ਪਰਮਿਸ਼ਨਾਂ ਦੀ ਬੜੀ ਪ੍ਰੋਬਲਮ ਸੀ ਥਾਂ ਥਾਂ ਤਾਂ ਜਾ ਕੇ ਵੀ ਜਿਹੜੀ ਸਿੰਗਲ ਵਿੰਡੋ ਦੇ ਉੱਤੇ ਪਰਮਿਸ਼ਨ ਹੋਣੀ ਚਾਹੀਦੀ ਹਰ ਚੀਜ਼ ਦੀ ਅਲੱਗ ਅਲੱਗ ਡਿਪਾਰਟਮੈਂਟਸ ਦੇ ਵਿੱਚ ਨਾ ਹੋਣ ਜਿਹੜੀ ਵੀ ਇੱਕੋ ਸਿੰਗਲ ਵਿੰਡੋ 'ਤੇ ਉਹ ਹੋ ਜੂਗੀ ਬਟ ਪਹਿਲਾਂ ਕੰਮ ਹੈਗਾ ਬੇਰੁਜ਼ਗਾਰੀ ਖਤਮ ਕਰਨਾ ਸਿਹਤ ਸਹੂਲਤਾਂ ਦੇਣਾ ਐਜੂਕੇਸ਼ਨ ਦੇਣੀ ਅਤੇ ਹੋਰ ਜਿੰਨੇ ਵੀ ਜਿਹੜੇ ਬੇਰ ਆਪਣਾ ਕੀ ਕਹਿੰਦੇ ਆ ਨਸ਼ੇ ਖਤਮ ਕਰਨੇ ਜਦੋਂ ਬੰਦੇ ਲੋਕ ਖੁਸ਼ ਹੋਣਗੇ ਨਾ ਤਾਂ ਕਲਾਕਾਰ ਤਾਂ ਆਪਣੇ ਆਪ ਹੀ ਜਦੋਂ ਘਰਾਂ 'ਚ ਖੁਸ਼ਹਾਲੀ ਹੁੰਦੀ ਹੈ ਕਲਾਕਾਰ ਸੁਣਨਗੇ ਕਲਾਕਾਰ ਬਿਲਕੁਲ ਬਿਲਕੁਲ ਸਹੀ ਹੈ ਔਰ ਬਾਈ ਜੀ ਬਾਕੀ ਤਾਂ ਗੱਲਾਂ ਤੁਹਾਡੀਆਂ ਬਾਕੀ ਚੈਨਲਾਂ 'ਤੇ ਬਹੁਤ ਹੋ ਰਹੀਆਂ ਅਸੀਂ ਸਿਰਫ ਤੁਹਾਡੇ ਨਾਲ ਉਹਨਾਂ ਨਾਲ ਬੀਤੇ ਹੋਏ ਉਹ ਟਾਈਮ ਪੁੱਛਣਾ ਚਾਹੁੰਦੇ ਹਾਂ ਕਿ ਕਿਸ ਤਰੀਕੇ ਦਾ ਸਟਰਗਲ ਸੀਗਾ ਔਰ ਜਦੋਂ ਤੁਸੀਂ ਇਹ ਸਾਰੇ ਐਕਟ ਸ਼ੁਰੂ ਕੀਤੇ ਸੀ ਜਿੱਥੇ ਤੁਸੀਂ ਬੱਚੇ ਬਣਦੇ ਹੋ ਬੀਨੂ ਢਿੱਲੋਂ ਤੁਹਾਡੇ ਟੀਚਰ ਬਣਦੇ ਮੈਂ ਬਹੁਤ ਕੱਬਾ ਸੁਭਾਅ ਚੱਕੀ ਫਿਰਦਾ ਇੱਦਾਂ ਦੇ ਜਿਹੜੇ ਐਕਟ ਸੀਗੇ ਤੁਹਾਡੇ ਉਹ ਕਿਸ ਤਰ੍ਹਾਂ ਦਾ ਦੌਰ ਸੀ ਉਸ ਵੇਲੇ ਦਾ ਔਰ ਭਗਵੰਤ ਕਿਸ ਤਰ੍ਹਾਂ ਸੋਚਦੇ ਹੁੰਦੇ ਸੀ ਉਸ ਭਗਵੰਤ ਸ਼ੁਰੂ ਤੋਂ ਹੀ ਜੇ ਤੁਸੀਂ ਉਹਨਾਂ ਦੇ ਸਕਿੱਟਾਂ ਦੇ ਵੀ ਦੇਖਿਆ ਹੋਣਾ ਜਾਂ ਜਿਹੜੀਆਂ ਆਡੀਓ ਕੈਸਟਾਂ ਸੀ ਉਹਨਾਂ ਦੇ ਜ਼ਰੀਏ ਵੀ ਦੇਖਿਆ ਹੋਣਾ ਉਹ ਸ਼ੁਰੂ ਤੋਂ ਪੋਲੀਟੀਕਲ ਸਟਾਇਰ ਕਰਦੇ ਸੀ ਜਾਂ ਸਿਸਟਮ ਦੇ ਖਿਲਾਫ ਸਟਾਇਰ ਕਰਦੇ ਸੀਗੇ ਜੋ ਸਿਸਟਮ ਦੇ ਵਿੱਚ ਗੰਦ ਪਿਆ ਹੋਇਆ ਸੀਗਾ ਉਹ ਅੱਜ ਤੋਂ ਨਹੀਂ ਇਹ ਸੰਘਰਸ਼ ਉਹਨਾਂ ਦਾ ਮੇਰਾ ਖਿਆਲ ਵੀ 17-18 ਸਾਲ ਦੀ ਉਮਰ ਤੋਂ ਹੀ ਸ਼ੁਰੂ ਹੋ ਗਿਆ ਸੀ ਕਿਉਂਕਿ ਉਹ ਹਮੇਸ਼ਾ ਸਰਕਾਰਾਂ ਦੇ ਖਿਲਾਫ ਰਹੇ ਨੇ ਆਪਣੀਆਂ ਕੈਸਟਾਂ ਦੇ ਜ਼ਰੀਏ ਵੀ ਆਪਣੀਆਂ ਸਕਿੱਟਾਂ ਦੇ ਜ਼ਰੀਏ ਵੀ ਅਤੇ ਉਸ ਤੋਂ ਬਾਅਦ ਲੋਕਾਂ ਨੇ ਮਤਲਬ ਜਦੋਂ ਇਹ ਰਾਜਨੀਤੀ 'ਚ ਆਏ ਰਾਜਨੀਤੀ 'ਚ ਵੀ ਬਹੁਤ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਨੰਬਰ 1 ਦੇ ਉੱਤੇ ਸੀਗੇ ਜਦੋਂ ਉਹ ਛੱਡੇ ਉਹਨਾਂ ਨੇ ਆਪਣੀ ਕਾਮੇਡੀ ਜਾਂ ਇਹ ਫੀਲਡ ਹੈ ਨਾ ਆਰਟ ਦਾ ਜੀ
ਤੇ ਪੈਸਾ ਆਉਣਾ ਖਤਮ ਹੋ ਗਿਆ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਆਏ ਮਤਲਬ ਪਹਿਲਾ ਸਿਆਸਤਦਾਨ ਹੋਊਗਾ ਜਿਹਦਾ ਸਿਆਸਤ ਦੇ ਵਿੱਚ ਆਉਣ ਤੋਂ ਬਾਅਦ ਦੋ ਵਾਰ ਐਮਪੀ ਹੋਣ ਦੇ ਬਾਵਜੂਦ ਵੀ ਉਹਦੀ ਪ੍ਰਾਪਰਟੀ ਘਟ ਜਾਇਦਾਦ ਘਟੀ ਹਾਂ ਬਿਲਕੁਲ ਬਿਲਕੁਲ ਤੁਸੀਂ ਬਾਕੀਆਂ ਦੀਆਂ ਪੜ੍ਹ ਲਓਗੇ ਅੱਜ ਕੁਛ ਹੋਰ ਹੈ 5 ਸਾਲ ਨੂੰ ਉਦੋਂ ਡਬਲ ਹੋਈ ਹੁੰਦੀ ਹੈ ਜੇ ਬਾਲੀ ਨਹੀਂ ਤਾਂ ਕਈਆਂ ਦੀ 100 100 ਗੁਣਾ ਵੀ ਵਧੀ ਹੁੰਦੀ ਹੈ ਪਰ ਇਹ ਇੱਕੋ ਇੱਕ ਪੋਲੀਟੀਸ਼ੀਅਨ ਹੈ ਜਿਹਦੀ ਜਾਇਦਾਦ ਘਟੀ ਹੈ ਸੋ ਲੋਕਾਂ ਨੇ ਇਸੇ ਕਰਕੇ ਉਹਦੇ ਜਜ਼ਬੇ ਨੂੰ ਉਹਦੇ ਇਮਾਨਦਾਰੀ ਨੂੰ ਉਹਦੀ ਦ੍ਰਿੜਤਾ ਨੂੰ ਐਡਾ ਵੱਡਾ ਫਤਵਾ ਦਿੱਤਾ ਕੱਲ੍ਹ ਲੱਖਾਂ ਲੋਕ ਉਹਨਾਂ ਨੂੰ ਦੇਖਣ ਦੇ ਲਈ ਜਾ ਰਹੇ ਉਹਨਾਂ ਦੇ ਬਰਾਬਰ ਸਹੁੰ ਚੁੱਕਣ ਜਾ ਰਹੇ ਨੇ ਪਹੁੰਚ ਰਹੇ ਹੋ ਤੁਸੀਂ ਖਟਕੜ ਕਲਾਂ ਭਗਵੰਤ ਮਾਨ ਹੋਰਾਂ ਦੇ ਨਾਲ ਬਿਲਕੁਲ ਜੀ ਪੂਰੇ ਜਾਹੋ ਜਲਾਲ ਦੇ ਨਾਲ ਪਹੁੰਚਾਂਗੇ ਕੇਸਰੀ ਰੰਗ ਦੀਆਂ ਪੱਗਾਂ ਬੰਨ ਕੇ ਕੇਸਰੀ ਜੀ ਬਾਈ ਜੀ ਸਾਡੇ ਨਾਲ ਕੁਝ ਕਿੱਸੇ ਜ਼ਰੂਰ ਸਾਂਝੇ ਕਰਿਓ ਉਸ ਵੇਲੇ ਦੇ ਕਿਉਂਕਿ ਲੋਕ ਇਸ ਵੇਲੇ ਭਗਵੰਤ ਮਾਨ ਹੋਰਾਂ ਨੂੰ ਇੱਕ ਹੁੰਦਾ ਨਾ ਕਿ ਮੁੱਖ ਮੰਤਰੀ ਕੋਈ ਬਣ ਗਿਆ ਉਹਨੂੰ ਲੋਕ ਸਿਰਫ ਮੁੱਖ ਮੰਤਰੀ ਦੇ ਨਜ਼ਰੀਏ ਨਾਲ ਦੇਖਦੇ ਆ ਪਰ ਸ਼ਾਇਦ ਪੰਜਾਬ ਦੇ ਵਿੱਚ ਅੱਜ ਮਾਹੌਲ ਇਸ ਤਰ੍ਹਾਂ ਦੇ ਨਾਲ ਹੈ ਕਿ ਜਦੋਂ ਤੋਂ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਆਪਣਾ ਆਪਣਾ ਮਹਿਸੂਸ ਕਰਦੇ ਨੇ ਲੋਕ ਬਿਲਕੁਲ ਜੀ ਕਿਉਂਕਿ ਤੁਸੀਂ ਮੁੱਖ ਮੰਤਰੀ ਨੂੰ ਦੇਖੇ ਨਹੀਂ ਕਦੇ ਕਾਰ 'ਚ ਜਾਂਦੇ ਨੂੰ ਨਹੀਂ ਦੇਖਿਆ ਹੋਣਾ ਹੈਲੀਕਾਪਟਰ ਤੋਂ ਹੀ ਲੰਘ ਜਾਂਦੇ ਨੇ ਅਤੇ ਲੋਕ ਥੱਲੇ ਖੜ੍ਹੇ ਰਹਿੰਦੇ ਨੇ ਮਾਨ ਸਾਹਿਬ ਪਹਿਲੇ ਮੁੱਖ ਮੰਤਰੀ ਹੋਣਗੇ ਪੰਜਾਬ ਦੇ ਜਿਨ੍ਹਾਂ ਨੂੰ ਲੋਕ ਐਂ ਕਾਲਰ ਤੋਂ ਫੜ ਕੇ ਵੀ ਆਹ ਫੋਟੋ ਕਰਾਇਓ ਜੀ ਹਾਂ ਇਤਰਾ ਸਾਡਾ ਕੰਮ ਕਰਾਇਓ ਜੀ ਆਮ ਮਤਲਬ ਮੁੱਖ ਮੰਤਰੀ ਨੂੰ ਕੋਈ ਸਰ ਤੋਂ ਬਿਨਾਂ ਨਹੀਂ ਬੋਲਦਾ ਮਾਨ ਸਾਹਿਬ ਨੂੰ ਸਾਰੇ ਬਾਈ ਜੀ ਕਹਿ ਕੇ ਬੁਲਾਉਂਦੇ ਉਹ ਤਾਂ ਕਰਕੇ ਆਪਣਾ ਲੱਗਦਾ ਜਦੋਂ ਤੁਹਾਡਾ ਕੋਈ ਆਪਣਿਆਂ 'ਚੋਂ ਗਿਆ ਹੋਵੇ ਤਾਂ ਬਹੁਤ ਖੁਸ਼ਹਾਲੀ ਦੇ ਤੁਹਾਨੂੰ ਕੀ ਕਹਿੰਦੇ ਆ ਮਤਲਬ ਦਿਨ ਨਜ਼ਰ ਆਉਣਗੇ ਔਰ ਮੈਨੂੰ ਪੂਰਨ ਯਕੀਨ ਹੈ ਵਿਸ਼ਵਾਸ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਦੇ ਲੋਕ ਬਹੁਤ ਖੁਸ਼ ਹੋਣਗੇ ਔਰ ਸੁਖੀ ਵੀ ਹੋਣਗੇ ਮੈਂ ਇਸ ਕਰਕੇ ਇਹ ਗੱਲ ਛੇੜੀ ਸੀ ਕਿ ਉਹ ਕਿੱਸੇ ਜਿਹੜੇ ਸਟਰਗਲ ਵੇਲੇ ਦੇ ਸੀਗੇ ਉਹ ਜ਼ਰੂਰ ਸਾਡੇ ਨਾਲ ਕੋਈ ਇਸ ਤਰ੍ਹਾਂ ਦੇ ਸਾਂਝੇ ਕਰਿਓ ਉਹਨਾਂ ਵੇਲਿਆਂ ਦੇ ਵਿੱਚ ਲੋਕ ਤੁਹਾਡੀ ਜ਼ਬਾਨੀ ਸੁਣ ਕੇ ਬੜਾ ਸਕੂਨ ਮਹਿਸੂਸ ਕਰਨਗੇ ਵੀ ਯਾਰ ਅਸੀਂ ਜੇ ਲੀਡਰ ਚੁਣਿਆ ਤਾਂ ਠੀਕ ਚੁਣ ਲਿਆ ਦੇਖੋ ਜੀ ਮੈਂ ਉਹ ਵੀ ਗੱਲ ਕਰੀ ਸੀ ਵੀ ਪਹਿਲਾਂ ਵੀ ਮੈਂ ਕਾਫੀ ਇਹ ਗੱਲ ਕੀਤੀ ਕਿ ਦੋ ਵਾਰ ਦੇ ਐਮਪੀ ਬਣੇ ਹੋਣ ਤੇ ਜੇਬ 'ਚ ਤੇਲ ਪਾਉਣ ਨੂੰ ਪੈਸੇ ਨਾ ਹੋਣ ਇਹ ਬਹੁਤ ਵੱਡੀ ਗੱਲ ਹੈ ਇੱਕ ਲੀਡਰ ਦੇ ਲਈ ਹੈ ਨਾ ਤੇ ਉਹ ਪੈਸੇ ਤਾਂ ਨਹੀਂ ਹੁੰਦੇ ਕਿਉਂਕਿ ਉਹਨਾਂ ਨੇ ਕਿਹੜਾ ਕਰਪਸ਼ਨ ਕਰਨੀ ਹੈ ਜਿੰਨੀ ਕਿ ਤਨਖਾਹ ਹੁੰਦੀ ਉਨੇ ਖਰਚੇ ਤੁਹਾਨੂੰ ਪਤਾ ਵੱਧ ਜਾਂਦੇ ਕਿਤੇ ਵੀ ਜਾਣਾ ਕਿਤੇ ਦੂਰ ਦੂਰ ਪੂਰਾ ਪੰਜਾਬ ਘੁੰਮਣਾ ਹੁੰਦਾ ਸੋ ਇਹੋ ਜਿਹੇ ਲੀਡਰ ਕਿਸਮਤ ਸਾਡੇ ਪੰਜਾਬ ਦੀ ਚੰਗੀ ਹੈ ਕਿ ਸਾਨੂੰ ਇਹੋ ਜਿਹੇ ਲੀਡਰ ਮਿਲੇ ਔਰ ਲੋਕ ਇੰਨੇ ਕੁ ਖੁਸ਼ ਨੇ ਜਿੱਦਣ ਦੇ ਰਿਜ਼ਲਟ ਆਇਆ ਤਾਂ ਅੱਜ ਤੱਕ ਹੁਣ ਵੀ ਤੁਸੀਂ ਪੰਜਾਬ 'ਚ ਜਾਓਗੇ ਪੰਜਾਬ ਦੇ ਵਿੱਚ ਤਿਉਹਾਰਾਂ ਵਾਲਾ ਮਾਹੌਲ ਜਿਵੇਂ ਦੁਸਹਿਰਾ ਦੀਵਾਲੀ ਦੇ ਦਿਨ ਹੁੰਦੇ ਆ ਉੱਦਾਂ ਲੋਕ ਫੀਲ ਕਰ ਰਹੇ ਨੇ ਉਹਨਾਂ ਨੂੰ ਜਿਵੇਂ ਤੁਸੀਂ ਆਪ ਹੀ ਕਿਹਾ ਕਿ ਆਪਣਾ ਆਪਣਾ ਲੱਗਦਾ ਸੱਚੀ ਐਂ ਲੱਗਦਾ ਵੀ ਕੋਈ ਸਾਡਾ ਧੀ ਪੁੱਤ ਸਾਡਾ ਕੋਈ ਚਾਚਾ ਤਾਇਆ ਸਾਡਾ ਕੋਈ ਛੋਟਾ ਵੱਡਾ ਭਰਾ ਜਿੱਤੇ ਬਿਲਕੁਲ ਬਾਈ ਜੀ ਹੁਣ ਜਿਸ ਤਰੀਕੇ ਨਾਲ ਕੰਮ ਸ਼ੁਰੂ ਕਰਤੇ ਵਿਧਾਇਕਾਂ ਨੇ ਕੱਲ੍ਹ ਤੁਹਾਡੇ ਕੋਲ ਕੋਈ ਤਸਵੀਰਾਂ ਪਹੁੰਚੀਆਂ ਹੋਣਗੀਆਂ ਕੋਈ ਖਬਰਾਂ ਪਹੁੰਚੀਆਂ ਹੋਣਗੀਆਂ ਕੁਝ ਹਸਪਤਾਲਾਂ ਦੇ ਵਿੱਚ ਗਏ ਨੇ MLA ਜਿਹੜੇ ਨਵੇਂ ਚੁਣੇ ਹੋਏ ਨੇ ਔਰ ਸਭ ਤੋਂ ਵੱਡੀ ਗੱਲ ਇਹ ਕਿ ਇੱਕ MLA ਬਹੁਤੇ MLA ਨੂੰ ਜਾਣਦਾ ਨਹੀਂ ਹੈਗਾ ਕਿ ਬਾਈ ਜੀ ਨੇ ਕਿੱਥੋਂ ਕਿਹਨੂੰ ਕੀ ਹਰਾਇਆ ਮਤਲਬ ਇਹ ਪੰਜਾਬ ਦੇ ਵਿੱਚ ਇੱਕ ਬਹੁਤ ਚੰਗੀ ਜਿਵੇਂ ਜਿਸ ਤਰੀਕੇ ਨਾਲ ਕੰਮ ਕਰ ਰਹੇ ਆ ਇਸ ਵੇਲੇ ਉਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬ ਦੇ ਰਹਿਣ ਵਾਲਾ ਹਰ ਇੱਕ ਬੰਦਾ ਇੱਕ ਨਜ਼ਰੀਆ ਹੁੰਦਾ ਉਹਦਾ ਕਿਵੇਂ ਦੇਖਦੇ ਹੋ ਉੱਧਰ ਭਗਵੰਤ ਮਾਨ ਹੋਰਾਂ ਨੇ ਅੱਜ ਸਾਰੇ ਸਾਬਕਾ ਮੰਤਰੀ ਸਾਬਕਾ ਵਿਧਾਇਕਾਂ ਦੇ ਫਲੈਟ ਖਾਲੀ ਕਰਨ ਦੇ ਵੀ ਹੁਕਮ ਦਿੱਤੇ ਜੀ ਕਹਿੰਦੇ ਚਲੋ ਕਰੋ ਕਰੀ ਦੇਖੋ ਜੀ ਜਿਵੇਂ ਤੁਸੀਂ ਕਿਹਾ ਵੀ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਹੈਗੇ ਇਹੀ ਖੂਬਸੂਰਤੀ ਹੈ ਕਿਉਂਕਿ ਨਹੀਂ ਕੁਛ ਕੁ ਘਰਾਣੇ ਸੀਗੇ ਜਿਹੜੇ ਪਤਾ ਸੀ ਵੀ ਫਲਾਣੇ ਥਾਂ ਤੋਂ ਵੀ ਫਲਾਣੇ ਥਾਂ ਤੋਂ ਆਹ ਬੰਦੇ ਨੇ ਜਿੱਦਣਾ ਖੜ੍ਹਨਾ ਹੈ ਫਲਾਣੇ ਥਾਂ ਤੋਂ ਆਹ ਬੰਦੇ ਨੇ ਖੜ੍ਹਨਾ ਹੁਣ ਆਮ ਘਰਾਂ ਦੇ ਧੀ ਪੁੱਤੇ ਇਸ ਫੀਲਡ ਦੇ ਵਿੱਚ ਆਏ ਨੇ ਕਿਉਂਕਿ ਨਹੀਂ ਤਾਂ ਸਾਡੇ 'ਤੇ ਰਾਜ ਹੀ ਕਰਦੇ ਆਏ ਨੇ ਅਸੀਂ ਇਕੱਲਾ ਜ਼ਿੰਦਾਬਾਦ ਮੁਰਦਾਬਾਦ ਕਰਨ ਜੋਗੇ ਨਹੀਂ ਅੱਜ ਅਸੀਂ ਆਪ ਉਸ ਥਾਂ 'ਤੇ ਖੜ੍ਹੇ ਹਾਂ ਲੋਕਾਂ ਦੀ ਜਿਹੜੇ ਵਿੱਚ ਰਹਿੰਦੇ ਉਹਨਾਂ ਨੂੰ ਪਤਾ ਜਿਹੜਾ ਹੁਣ ਆਪਣਾ ਉੱਗੋ ਕੇ ਹੈ ਮੁੰਡਾ ਉਹ ਕਹਿ ਰਿਹਾ ਸੀ ਮੇਰਾ ਬਾਪ ਅਤੇ ਮੇਰਾ ਦਾਦਾ ਵੀ ਬੱਕਰੀਆਂ ਚਾਰਦਾ ਰਿਹਾ ਹੈ ਬਿਲਕੁਲ ਅਤੇ ਉਹ ਇਹੋ ਜਿਹੇ ਬੰਦੇ ਜਿਹੜੇ ਮਤਲਬ ਜਮ੍ਹਾਂ ਥੱਲੇ ਉਹਦੇ ਮਦਰ ਉਹਦੇ MLA ਬਣਨ ਤੋਂ ਬਾਅਦ ਵੀ ਸਕੂਲ ਦੇ ਵਿੱਚ ਝਾੜੂ ਲਾ ਰਹੇ ਨੇ ਇਸ ਤੋਂ ਵੱਡੀ ਐਗਜ਼ਾਮਪਲ ਕੋਈ ਨਹੀਂ ਹੋ ਸਕਦੀ ਹੈਨਾ ਵੀ ਇਹੋ ਜਿਹੇ ਲੋਕ ਜਦੋਂ ਸਿਸਟਮ ਦੇ ਵਿੱਚ ਆਉਣਗੇ ਉਹਨਾਂ ਨੂੰ ਪਤਾ ਹੈ ਵੀ ਆਮ ਲੋਕਾਂ ਦੀ ਕੀ ਸਮੱਸਿਆਵਾਂ ਨੇ ਜਿਹੜੇ ਬੰਦੇ ਪੈਰਾਸ਼ੂਟਡ ਨੇ ਉਹਨਾਂ ਨੂੰ ਕੁਛ ਨਹੀਂ ਪਤਾ ਗ੍ਰਾਸਰੂਟਡ ਨੂੰ ਹੀ ਪਤਾ ਹੈ ਕਿ ਥੱਲੋਂ ਉੱਪਰ ਤੱਕ ਜਾਣ ਲਈ ਰਸਤੇ ਕਿੰਨੇ ਕਠਿਨ ਹੁੰਦੇ ਨੇ ਔਰ ਇਹੀ ਇਸ ਪਾਰਟੀ ਦੀ ਔਰ ਭਗਵੰਤ ਮਾਨ ਸਾਹਿਬ ਦੀ ਖੂਬਸੂਰਤੀ ਹੈ ਕਿ ਆਮ ਘਰਾਂ ਦੇ ਧੀ ਪੁੱਤ ਲਏ ਜਿਹੜੀ ਸੰਗਰੂਰ ਤੋਂ ਹੈ ਕੁੜੀ ਜਮੇ ਇੱਕ ਛੋਟੇ ਕਿਸਾਨ ਪਰਿਵਾਰ ਦੀ ਧੀ ਹੈ ਉਹ ਨਰਿੰਦਰ ਕੌਰ ਭਰਾਜ ਤੇ ਉਹ ਦੇਖ ਲਓ ਵੀ ਇਹੋ ਜਿਹੇ ਉਹ ਸਕੂਟਰੀ ਤੇ ਵਿਚਾਰੀ ਆਪਣਾ ਚੋਣ ਪ੍ਰਚਾਰ ਕਰਦੇ ਰਹੇ ਹੈ ਤੇ ਇਹ ਕਦੇ ਸੋਚਿਆ ਸੀ ਵੀ ਤੁਸੀਂ ਵੀ ਜਿਹੜੇ ਨੇਤਾ ਹੋਣਗੇ ਸਾਡੇ ਇਹੋ ਜਿਹੇ ਹੋਣਗੇ ਇਹ ਬਹੁਤ ਵੱਡੀ ਕ੍ਰਾਂਤੀ ਹੈ ਭਗਵੰਤ ਮਾਨ ਦੇ ਜ਼ਰੀਏ ਤੇ ਕੇਜਰੀਵਾਲ ਸਾਹਿਬ ਦੇ ਜ਼ਰੀਏ ਇਹ ਪੰਜਾਬ ਦੇ ਵਿੱਚ ਹੈ ਬਾਈ ਜਦੋਂ ਪਤਾ ਲੱਗਾ ਸੀ ਕਿ ਤੁਸੀਂ ਵੀ ਉਦੋਂ ਟੀਵੀ ਦੇ ਸਾਹਮਣੇ ਬੈਠੇ ਹੋਗੇ ਜਦੋਂ ਰਿਜ਼ਲਟ ਆ ਰਹੇ ਸੀਗੇ ਅਤੇ ਮੇਰਾ ਖਿਆਲ ਹੈ ਅਸੀਂ ਵੀ ਉਸ ਵੇਲੇ ਲਾਈਵ 'ਤੇ ਹੀ ਸੀਗੇ 9:30 ਨੂੰ ਲਗਭਗ ਇਹ ਕਨਫਰਮ ਹੋ ਗਿਆ ਸੀ ਕਿ ਹੁਣ ਜਿੱਡੀ ਲੀਡ ਆਮ ਆਦਮੀ ਪਾਰਟੀ ਲੈ ਗਈ ਇਹਨੂੰ ਤੋੜਨਾ
ਬਹੁਤ ਔਖਾ ਉਦੋਂ ਫਿਰ ਤੁਹਾਡੇ ਸਾਥੀ ਵੀ ਤੁਹਾਡੇ ਨਾਲ ਹੋਣਗੇ ਉਦੋਂ ਖੁਸ਼ੀ ਕਿਵੇਂ ਮਨਾਈ ਸੀਗੀ ਸਾਨੂੰ ਥੋੜਾ ਜਿਹਾ ਦੱਸ ਦਿਓ ਕਿਉਂਕਿ ਉਹ ਕਮਰੇ ਦੇ ਅੰਦਰ ਅਸੀਂ ਮੇਰਾ ਖਿਆਲ ਵੀ 10-15 ਕੁ ਸੀਟਾਂ ਤੋਂ ਅੱਗੇ ਸੀਗੇ ਜਦੋਂ ਅਸੀਂ ਘਰੋਂ ਚੱਲ ਪਏ ਸੀ ਮੈਂ ਤੇ ਬਿੰਨੂ ਢਿੱਲੋਂ ਮੇਰੇ ਕੋਲ ਹੀ ਸੀਗੇ ਘਰ ਹੀ ਸੀਗੇ ਮਹਾਂ ਵੀ ਚੱਲ ਹੁਣ ਤਾਂ ਇਕੱਠੇ ਸੀ ਬਿੰਨੂ ਢਿੱਲੋਂ ਤੁਸੀਂ ਹਾਂ ਹਾਂ ਅਸੀਂ ਫਿਰ ਇਕੱਠੇ ਜਾ ਕੇ ਉੱਥੇ ਉਦੋਂ ਮੇਰੇ ਖਿਆਲ 40-45 ਦੇ ਵਿੱਚ ਸੀਟਾਂ ਆ ਗਈਆਂ ਸੀ ਜਦੋਂ ਅਸੀਂ ਉੱਥੇ ਪਹੁੰਚੇ ਜੀ ਤੇ ਪੂਰਾ ਆਨੰਦ ਆਇਆ ਜੀ ਪੂਰਾ ਜੱਫੀ ਪਾ ਕੇ ਵਧਾਈਆਂ ਦਿੱਤੀਆਂ ਜਲੇਬੀ ਮੂੰਹ 'ਚ ਪਾ ਕੇ ਉਹਨਾਂ ਨੂੰ ਜਲੇਬੀਆਂ ਤਾਂ ਅੱਗੇ ਇੱਕ ਅਡਵਾਂਸ ਹੀ ਚੱਲਣੀਆਂ ਸ਼ੁਰੂ ਹੋ ਗਈਆਂ ਬਣਨੀਆਂ ਸ਼ੁਰੂ ਹੋ ਗਈਆਂ ਸੀਗੀਆਂ ਹਾਂਜੀ ਹਾਂਜੀ ਤੇ ਲੋਕਾਂ ਦਾ ਇਕੱਠ ਬੜਾ ਸੀਗਾ ਜੀ ਉੱਥੇ ਘਰ ਤੱਕ ਪਹੁੰਚੇ ਅੰਦਰ ਤੱਕ ਮਸਾਂ ਪਹੁੰਚੇ ਉੱਥੇ ਇੰਨਾ ਰਸ਼ ਸੀ ਗੱਲ ਲੋਕਾਂ ਨੂੰ ਪਹਿਲੀ ਵਾਰ ਆਏ ਹੋਏ ਵੀ ਅਸੀਂ ਆਪ ਜਿੱਤੇ ਹਾਂ ਬਿਲਕੁਲ ਸਰ ਪਹਿਲੀ ਵਾਰ ਆਏ ਹੋਏ ਵੀ ਅਸੀਂ ਜਿੱਤੇ ਹਾਂ ਐਤਕੀ ਕਿਸੇ ਪਾਰਟੀ ਦੀ ਜਿੱਤ ਨਹੀਂ ਹੋਈ ਪੰਜਾਬ ਦੀ ਜਿੱਤ ਹੋਈ ਆ ਲੋਕਾਂ ਦੀ ਜਿੱਤ ਬਈ ਆਪਾਂ ਖਤਮ ਵੀ ਕਰਨਾ ਕਿਉਂਕਿ 5 ਸਾਲ ਬਹੁਤ ਲੰਬਾ ਅਰਸਾ ਹੁੰਦਾ ਹੈ ਔਰ ਬਹੁਤ ਬੰਦੇ ਨਵੇਂ ਨੇ ਇਸ ਫੀਲਡ ਦੇ ਵਿੱਚ ਕਈ ਤਾਂ ਇਸ ਤਰ੍ਹਾਂ ਦੇ ਵੀ ਹੋਣਗੇ ਵਿਧਾਇਕ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਮੇਰੀਆਂ ਸ਼ਕਤੀਆਂ ਮੇਰੇ ਕੋਲ ਕੀ ਨੇ ਮੇਰੀਆਂ ਪਾਵਰਾਂ ਕੀ ਨੇ 5 ਸਾਲਾਂ ਦੇ ਵਿੱਚ ਕਿਸ ਤਰ੍ਹਾਂ ਦਾ ਪਰਫਾਰਮ ਕਰਨਾ ਕਰਦੇ ਦੇਖਣਾ ਚਾਹੁੰਦੇ ਹੋ ਭਗਵੰਤ ਮਾਨ ਨੂੰ ਜਾਂ ਕਿਸ ਤਰ੍ਹਾਂ ਦਾ ਪਰਫਾਰਮ ਕਰਨ ਕਿਹੜੀਆਂ ਐਸੀਆਂ ਰੀਤਾਂ ਲੱਗਦੀਆਂ ਤੁਹਾਨੂੰ ਰਵਾਇਤਾਂ ਲੱਗਦੀਆਂ ਜਿਹੜੀਆਂ ਕਈ ਸਾਲਾਂ ਤੋਂ ਜੁੜੀਆਂ ਪਈਆਂ ਸੀ ਉਹਨਾਂ ਨੂੰ ਤੋੜਨ ਦੀ ਲੋੜ ਹੈ ਜੇ ਪੰਜਾਬ ਬਦਲਣਾ ਹੈ ਦੇਖੋ ਪਹਿਲੀ ਗੱਲ ਤਾਂ ਜਿਹੜੀ ਬੱਸ ਦਾ ਡਰਾਈਵਰ ਵਧੀਆ ਹੋਵੇ ਉਹ ਤੁਹਾਨੂੰ ਮੰਜ਼ਿਲ ਤੱਕ ਪਹੁੰਚਾ ਹੀ ਦਿੰਦਾ ਹਨਾ ਤੇ ਉਹਨੂੰ ਦੇਖ ਦੇਖ ਕੇ ਜਿਹੜੀਆਂ ਸਵਾਰੀਆਂ ਵੀ ਹੁੰਦੀਆਂ ਅੱਧੀਆਂ ਤਾਂ ਉਹ ਵੀ ਡਰਾਈਵਰ ਬਣ ਜਾਂਦੀਆਂ ਠੀਕ ਹੈ ਨਾ ਤੇ ਜਦੋਂ ਡਰਾਈਵਰ ਵਧੀਆ ਹੋਣ ਤਾਂ ਸਵਾਰੀਆਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਬਾਕੀ ਇਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਪਹਿਲ ਦੇ ਆਧਾਰ 'ਤੇ ਹੈ ਬੇਰੁਜ਼ਗਾਰੀ ਹੈਲਥ ਸਿਸਟਮ ਸਾਡਾ ਐਜੂਕੇਸ਼ਨ ਸਿਸਟਮ ਅਤੇ ਨਸ਼ਾ ਇਹ ਚਾਰ ਚੀਜ਼ਾਂ ਮੇਰਾ ਖਿਆਲ ਹੈ ਵੀ ਬਹੁਤ ਜਲਦੀ ਇਹਨਾਂ 'ਤੇ ਗੌਰ ਕੀਤੀ ਜਾਊਗੀ ਔਰ ਇਹੀ ਚਾਰ ਚੀਜ਼ਾਂ ਹੋ ਗਈਆਂ ਮੈਂ ਕਹਿੰਦਾ ਬੱਲੇ ਬੱਲੇ ਹੋ ਜੂ ਪੰਜਾਬ ਬਿਲਕੁਲ ਸਹੀ ਆ ਔਰ ਆਖਰੀ ਸਵਾਲ ਕਿ ਤੁਸੀਂ ਕੁਝ ਇਲਜ਼ਾਮ ਸ਼ੁਰੂ 'ਚ ਹੀ ਲੱਗਦੇ ਦੇਖ ਲਏ ਹੋਣੇ ਆ ਕਹਿੰਦੇ ਜੀ ਜਿੱਦਣ ਅੰਮ੍ਰਿਤਸਰ ਗਏ ਨੇ ਉੱਦਣ ਸਰਕਾਰੀ ਬੱਸਾਂ ਕਿਉਂ ਲੈ ਕੇ ਗਏ ਨੇ ਨਹੀਂ ਲਿਜਾਣੀਆਂ ਚਾਹੀਦੀਆਂ ਸੀ ਉਸੇ ਲਾਈਨਾਂ 'ਤੇ ਚੱਲ ਪਏ ਹੁਣ ਕਹਿੰਦੇ 2 ਕਰੋੜ ਰੁਪਈਆ ਕਿਉਂ ਖਰਚਿਆ ਜਾ ਰਿਹਾ ਸਹੁੰ ਚੱਕ ਸਮਾਗਮ 'ਤੇ ਦੇਖੋ ਜੀ ਮੇਰੇ ਖਿਆਲ 'ਚ ਇਹ ਜਿਹੜੀਆਂ ਉਹ ਪ੍ਰਾਈਵੇਟ ਬੱਸਾਂ ਵੀ ਲਿਜਾ ਸਕਦੇ ਸੀਗੇ ਮੇਰਾ ਖਿਆਲ ਉਹਨਾਂ ਨੂੰ ਪੇ ਕੀਤਾ ਸਰਕਾਰੀ ਖਜ਼ਾਨੇ 'ਤੇ ਬੋਝ ਨਾ ਪਵੇ ਅਤੇ ਇਹ ਕੋਈ ਸਰਕਾਰ ਦੇ ਉੱਤੇ ਨਹੀਂ ਬੋਝ ਪਾਇਆ ਇਸ ਚੀਜ਼ ਦਾ ਖਜ਼ਾਨੇ ਦੇ ਉੱਤੇ ਨਹੀਂ ਬੋਝ ਪਾਇਆ ਜੀ ਉਹ ਬਾਕੀ ਬਾਅਦ 'ਚ ਕਲੀਅਰ ਹੋ ਜੂਗਾ ਆਖਰ ਤੇ ਲੋਕਾਂ ਨੂੰ ਕੀ ਕਹਿਣਾ ਚਾਹੋ ਕੀ ਸੁਨੇਹਾ ਦੇਣਾ ਚਾਹੋ ਬਸ ਇਹੀ ਹੈ ਜੀ ਕਿ ਇੱਕ ਦੋਸਤ ਹੋਣ ਦੇ ਨਾਤੇ ਭਗਵੰਤ ਮਾਨ ਦੇ ਦੋਸਤ ਹੋਣ ਦੇ ਨਾਤੇ ਭਗਵੰਤ ਮਾਨ ਸਾਹਿਬ ਤੇ ਯਕੀਨ ਰੱਖਿਓ ਤੁਸੀਂ ਬਹੁਤ ਖੁਸ਼ ਹੋਵੋਗੇ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਨਗੇ ਬਹੁਤ ਧੰਨਵਾਦ ਬਾਈ ਜੀ ਤੁਸੀਂ ਸਾਡੇ ਲਈ ਬਹੁਤ ਕੀਮਤੀ ਸਮਾਂ ਕੱਢਿਆ ਤੈ ਸਨ ਸਾਡੇ ਨਾਲ ਬਾਈ ਕਰਮਜੀਤ ਅਨਮੋਲ ਪ੍ਰਸਿੱਧ ਕਾਮੇਡੀਅਨ ਨੇ ਇਹਨਾਂ ਤੋਂ ਬਿਨਾਂ ਕੋਈ ਫਿਲਮ ਵੀ ਸੰਪੂਰਨ ਨਹੀਂ ਹੁੰਦੀ ਔਰ ਭਗਵੰਤ ਮਾਨ ਦੇ ਬਾਰੇ ਮੁੱਖ ਮੰਤਰੀ ਸਾਹਿਬ ਦੇ ਬਾਰੇ ਇਹ ਗੱਲਾਂ ਕਰਨੀਆਂ ਕਰਮਜੀਤ ਅਨਮੋਲ ਹੋਣਾ ਤੋਂ ਬਿਨਾਂ ਮੈਨੂੰ ਲੱਗਦਾ ਸੰਪੂਰਨ ਨਹੀਂ ਸੀ ਕਰਮਜੀਤ ਅਨਮੋਲ ਹੋਰਾਂ ਨੂੰ ਮਿਲੇ ਆ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਦੱਸਿਆ ਕਿ ਉਹ ਸੋਚਦੇ ਕਿਸ ਤਰ੍ਹਾਂ ਸੀ ਔਰ ਨਾਲ ਹੀ ਉਮੀਦ ਕਰਦੇ ਨੇ ਕਿ ਜਿਸ ਤਰ੍ਹਾਂ ਲੋਕਾਂ ਨੇ ਉਹਨਾਂ 'ਤੇ ਭਰੋਸਾ ਕੀਤਾ ਉਸ ਭਰੋਸੇ ਨੂੰ ਬਣਾ ਕੇ ਰੱਖਣਗੇ ਉਮੀਦਾਂ 'ਤੇ ਖਰੇ ਉਤਰਨਗੇ ਆਪਣੇ ਸਹਿਯੋਗੀ ਸੁਖਰਾਜ ਰੰਧਾਵਾ ਦੇ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ ਮੋਹਾਲੀ